ਹਮਦਰਦ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ। ਇਸ ਵਕਤ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਮਿੱਠਾਪੁਰ ਦੇ ਵਿੱਚ, ਜਿੱਥੇ ਭਾਰਤੀ ਓਲੰਪੀਅਨ ਖਿਡਾਰੀ ਜਿਹੜੇ ਨੇ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ, ਉਹਨਾਂ ਦਾ ਪਿੰਡ ਦੇ ਵਿੱਚ ਸਵਾਗਤ ਕੀਤਾ ਜਾਣਾ ਹੈ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਜੇਤੂ ਭਾਰਤੀ ਟੀਮ ਦੇ ਇਹ ਖਿਡਾਰੀ ਤੁਲੰਦਰ, ਜਿਨ੍ਹਾਂ ਦੇ ਵੱਲੋਂ ਬਿਹਤਰੀਨ ਪ੍ਰਦਰਸ਼ਨ ਕਰਕੇ ਹਰ ਸਾਲ ਜਿਸ ਤਰੀਕੇ ਦੇ ਨਾਲ ਇਸ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ, ਉਸੇ ਤਰੀਕੇ ਜਦੋਂ ਵੀ ਓਲੰਪਿਕ ਦੇ ਵਿੱਚ ਜਾਂ ਫਿਰ ਕੋਈ ਵੱਡਾ ਇਹਨਾਂ ਦੇ ਵੱਲੋਂ ਮੁਕਾਬਲਾ ਜਿੱਤਿਆ ਜਾਂਦਾ, ਉਸ ਦੇ ਵਿੱਚ ਇਹਨਾਂ ਦੇ ਵੱਲੋਂ ਪਿੰਡ ਵਾਲਿਆਂ ਦੇ ਵੱਲੋਂ ਸਵਾਗਤ ਜਿਹੜਾ ਰਾਜਮਾਂ ਭਰਵਾਂ ਕੀਤਾ ਜਾਂਦਾ, ਜਿਸ ਦੀਆਂ ਤਿਆਰੀਆਂ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਵਕਤ ਹਮਦਰਦ ਟੀਵੀ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤਿਆਰੀਆਂ ਦੇ ਵਿੱਚ ਸਵਾਗਤੀ ਬੋਰਡ ਲਗਾਏ ਜਾ ਰਹੇ ਨੇ। ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਦਿਖਾਲੀ ਦੇ ਰਹੀਆਂ ਹੋਣਗੀਆਂ। ਭਾਰਤ ਦੇ ਲਈ ਗੌਰਵਮਈ ਇਤਿਹਾਸ ਰਚਣ ਵਾਲੇ ਇਸ ਪਿੰਡ ਦੇ ਇਹ ਤੁਲੰਦਰ ਖਿਡਾਰੀ, ਜਿਨ੍ਹਾਂ ਨੇ ਦੇਸ਼ ਦੀ ਹਾਕੀ ਦੀ ਟੀਮ ਦੇ ਵਿੱਚ ਐਸਾ ਪ੍ਰਦਰਸ਼ਨ ਕੀਤਾ ਕਿ ਜਿਨ੍ਹਾਂ ਨੂੰ ਅੱਜ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਜਿੱਥੇ ਮਾਣ ਦਿੱਤਾ ਜਾ ਰਿਹਾ। ਇਹ ਤਸਵੀਰ ਜਿਹੜੀ ਹੈ ਇਹ ਮਨਦੀਪ ਸਿੰਘ ਹੋਰਾਂ ਦੀ ਤਸਵੀਰ ਹੈ, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਜਿੱਥੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਇਲਾਕੇ ਦੇ ਵਿੱਚ ਵੀ ਆਪਣੇ ਆਪ ਕਹਿ ਲਈਏ ਕਿ ਇੱਕ ਜਲਾਓ ਦਾ ਮਾਹੌਲ ਹੈ, ਇੱਕ ਖੁਸ਼ੀ ਦਾ ਮਾਹੌਲ ਬਣਿਆ ਪਿਆ। ਇਹ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦੇ ਰਹੇ ਹਾਂ, ਇਹ ਸਭ ਜਾਣਕਾਰੀਆਂ ਉਸੇ ਪਿੰਡ ਦੀਆਂ ਨੇ। ਪਿੰਡ ਮਿੱਠਾਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ, ਹਾਲਾਂਕਿ ਬਾਰਿਸ਼ ਦੀ ਜਿਹੜੀ ਇਹ ਨਿੱਕੀ ਨਿੱਕੀ ਕਣੀ ਪੈ ਰਹੀ ਹੈ, ਇਸ ਦੇ ਨਾਲ ਤਿਆਰੀਆਂ ਦੇ ਵਿੱਚ ਥੋੜ੍ਹੀ ਜਿਹੜੀ ਡਿਲੇ ਹੈ ਉਹ ਜ਼ਰੂਰ ਦਿਖਾਈ ਦੇ ਰਹੀ ਹੈ। ਹਾਲਾਂਕਿ ਪਹਿਲਾਂ 11:30-12 ਵਜੇ ਦਾ ਸਮਾਂ ਦਿੱਤਾ ਗਿਆ ਸੀ, ਪਰ ਹੁਣ ਕੁਝ ਹੀ ਸਮੇਂ ਦੇ ਵਿੱਚ ਜਿਸ ਤਰੀਕੇ ਇਹ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਿੰਡ ਦੇ ਵਿੱਚ ਆਇਆ ਜਾਣਾ ਹੈ। ਹਾਲਾਂਕਿ ਇਸ ਪਿੰਡ ਦੇ ਵਿੱਚੋਂ ਬਹੁਤ ਸਾਰੇ ਓਲੰਪੀਅਨ ਜਿਹੜੇ ਨੇ ਉਹ ਪਹਿਲਾਂ ਵੀ ਖੇਡ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਕਾਂਗਰਸ ਤੋਂ ਵਿਧਾਇਕ ਪ੍ਰਗਟ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਦੇਸ਼ ਦੇ ਲਈ ਵੱਡਾ ਮਾਣ ਜਿਹੜਾ ਸੀ ਉਹ ਪ੍ਰਾਪਤ ਕੀਤਾ ਗਿਆ ਸੀ, ਜਾਂ ਫਿਰ ਦੇਸ਼ ਨੂੰ ਵੱਡੇ ਪੱਧਰ ਦੇ ਉੱਪਰ ਉਹਨਾਂ ਦੇ ਵੱਲੋਂ ਵੀ ਮਾਣ ਦਵਾਇਆ ਗਿਆ। ਅਤੇ ਇਹ ਤਸਵੀਰਾਂ ਪਿੰਡ ਮਿੱਠਾਪੁਰ ਦੀਆਂ ਨੇ, ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਉਹ ਜਿਹੜਾ ਸਭ ਕੁਝ ਬਿਆਨ ਕਰਦੀਆਂ ਨੇ, ਜਿਸ ਤਰੀਕੇ ਪਿੰਡ ਵਾਸੀਆਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਦੀ ਲਹਿਰ ਹੈ। ਹਾਲਾਂਕਿ ਪੂਰੇ ਦੇਸ਼ ਭਰ ਦੇ ਲਈ ਹੀ ਮਾਣ ਵਾਲੀ ਗੱਲ ਸੀ ਕਿ ਭਾਰਤੀ ਹਾਕੀ ਟੀਮ ਦੇ ਵੱਲੋਂ ਬੜੇ ਹੀ ਜੱਦੋ ਜਹਿਦ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਗਿਆ, ਅਤੇ ਮੁਕਾਬਲੇ ਦੇ ਵਿੱਚ ਜਿੱਥੇ 1st ਮੁਕਾਬਲੇ ਜਿਹੜੇ ਉਹ ਵੇਖਣ ਨੂੰ ਮਿਲੇ, ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਪਰ ਜਿਹੜੀ ਭਾਰਤੀ ਹਾਕੀ ਟੀਮ ਹੈ ਉਸ ਦੇ ਵਿੱਚ ਖੇਡਦੇ ਤੁਲੰਦਰਾਂ ਦੇ ਵੱਲੋਂ ਇਹ ਤਸਵੀਰ ਜਿਹੜੀ ਤੁਹਾਡੀ ਸਕਰੀਨ ਦੇ ਉੱਪਰ ਇਸ ਵਕਤ ਦਿਖਾਈ ਦੇ ਰਹੀ ਹੋਵੇਗੀ। ਇਹ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੰਡੀਆ ਮੈਨਸ ਹਾਕੀ ਟੀਮ ਬ੍ਰੌਂਜ਼ ਮੈਡਲ ਵਿਨਰਸ ਜਿਹੜੇ ਨੇ ਉਹਨਾਂ ਦੀ ਤਸਵੀਰ ਲਗਾਈ ਗਈ ਹੈ। ਮਾਣ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਵਾਲਿਆਂ ਦੇ ਵੱਲੋਂ ਦਿੱਤਾ ਜਾ ਰਿਹਾ, ਅਤੇ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਹੋਰਾਂ ਦਾ ਭਰਵਾਂ ਸਵਾਗਤ ਇਸ ਵਕਤ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ, ਅੰਦਰ ਜਾ ਕੇ ਤੁਹਾਨੂੰ ਸਾਰਾ ਸੂਰਤ ਹਾਲ ਜਿਹੜਾ ਹੈ ਉਹ ਬਿਆਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪਿੰਡ ਵਾਸੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਹ ਮਿੱਠਾਪੁਰ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਤਿਆਰੀਆਂ ਦੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਹਾਲਾਂਕਿ ਇਹ ਬਾਰਿਸ਼ ਜਿਹੜੀ ਪੈ ਰਹੀ ਹੈ ਇਸ ਨੇ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵਿੱਚ ਡਿਲੇ ਜ਼ਰੂਰ ਕੀਤਾ, ਪਰ ਇਸ ਵਕਤ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਬੇਹੱਦ ਖੁਸ਼ੀਨੁਮਾ ਮਾਹੌਲ ਦੀ ਤਸਵੀਰ ਪੇਸ਼ ਕਰ ਰਹੀਆਂ ਨੇ। ਇਸੇ ਗੁਰੂ ਘਰ ਦੇ ਵਿੱਚ ਜਦੋਂ ਪਿਛਲੀ ਵਾਰ ਓਲੰਪਿਕ ਖੇਡ ਕੇ ਆਏ ਸੀ ਭਾਰਤੀ ਹਾਕੀ ਟੀਮ, ਉਸ ਵਕਤ ਵੀ ਸਵਾਗਤ ਕੀਤਾ ਗਿਆ ਸੀ। ਜਦੋਂ ਵਰਲਡ ਕੱਪ ਜੇਤੂ ਹੋਏ ਉਸ ਵਕਤ ਵੀ ਸਵਾਗਤ ਕੀਤਾ ਗਿਆ, ਅਤੇ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਮੈਂ ਦਿਖਾ ਦੇਣਾ ਚਾਹੁੰਦਾ। ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਇਹ ਤਿਆਰੀਆਂ ਜ਼ਰੂਰ ਦਿਖਾ ਦਿੱਤੀਆਂ ਜਾਣ, ਕੋਸ਼ਿਸ਼
ਰਹੇਗੀ ਕਿ ਹਰੇਕ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸਾਡੇ ਨਾਲ ਇੱਥੇ ਬੱਚੇ ਮੌਜੂਦ ਨੇ, ਛੋਟੇ ਕੀ ਨਾਮ ਤੁਹਾਡਾ, ਨਾਮ ਕੀ, ਕਿਵੇਂ ਦਾ ਮਾਹੌਲ ਲੱਗਦਾ ਕਿ ਅੱਜ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਥੇ ਆਇਆ ਜਾਣਾ ਸਵਾਗਤ ਦੇ ਲਈ, ਪ੍ਰੋਗਰਾਮ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ, ਹੱਥ ਦੇ ਵੀ ਤੁਹਾਡੇ ਹਾਕੀ ਹੈ, ਖੇਡਦੇ ਹੋ ਤੁਸੀਂ? ਹਾਂਜੀ। ਕਿਵੇਂ ਲੱਗਦਾ ਪਿੰਡ ਦੇ ਬਹੁਤ ਵੱਡੇ ਧੁਲੰਦਰ ਜਿਹੜੇ ਨੇ ਤੁਹਾਡੇ ਇੱਥੋਂ ਪਿੰਡੋਂ ਖੇਡਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ, ਮੇਰੇ ਚੰਗੇ ਪਲੇਅਰ ਨੇ ਇਹ, ਪਰ ਮੈਨੂੰ ਇੱਕ ਵਾਰੀ ਮਾੜਾ ਵੀ ਲੱਗਾ, ਅਗਰ ਜਰਮਨ ਜਿੱਤਿਆ ਤਾਂ ਸਿਲਵਰ ਜਾਂ ਗੋਲਡਨ ਆ ਜਾਣਾ ਸੀ। ਪਰ ਜੋ ਪਰਫਾਰਮੈਂਸ ਕੀਤੀ ਜਿਸ ਤਰੀਕੇ ਦੇ ਨਾਲ, ਫਸਵੇਂ ਮੈਚ ਵੇਖਣ ਨੂੰ ਮਿਲੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੱਥ ਦੇ ਵਿੱਚ ਤੁਹਾਡੇ ਸਟਿੱਕ ਹੈ, ਚੰਗੇ ਤਰੀਕੇ ਦੇ ਨਾਲ ਤੁਸੀਂ ਮੈਚ ਦੀ ਗਤੀਵਿਧੀ ਨੂੰ ਸਮਝਦੇ ਹੋਣੇ ਹੋ, ਇਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿ ਜਦੋਂ ਜਦ ਚੰਗੀ ਸੀ ਫਸਵਾਂ ਮੁਕਾਬਲਾ ਸੀ, ਉਸ ਤੋਂ ਬਾਅਦ ਹੀ ਜਿਹੜਾ ਬ੍ਰੌਂਜ਼ ਮੈਡਲ ਮਿਲਿਆ? ਹਾਂਜੀ। ਸੋ ਹੋਰ ਵੀ ਬੱਚੇ ਬਹੁਤ ਸਾਰੇ ਇੱਥੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਾਕੀਆਂ ਨੇ, ਇਹ ਆਪਣੇ ਆਪ ਦੇ ਵਿੱਚ ਤਸਵੀਰ ਜਿਹੜੀ ਹੈ ਬਹੁਤ ਖਾਸ ਪੇਸ਼ ਕਰਦੀ ਹੈ। ਬੇਟਾ ਕੀ ਨਾਮ ਤੁਹਾਡਾ? ਅਗਨੀਤ। ਅਗਨੀਤ, ਹਾਕੀ ਖੇਡਦੇ ਹੋ ਤੁਸੀਂ ਵੀ? ਹਾਂਜੀ ਭਾਜੀ। ਜਿਹੜੀ ਹਾਕੀ ਤੁਸੀਂ ਲੈ ਕੇ ਫਿਰ, ਤੁਹਾਨੂੰ ਪਤਾ ਤੁਹਾਡੇ ਪਿੰਡ ਦੇ ਦੋ ਪਲੇਅਰ ਜਿਹੜੇ ਨੇ ਉਹਨਾਂ ਨੇ ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ, ਉਹ ਅੱਜ ਆ ਰਹੇ ਨੇ, ਉਹਨਾਂ ਦਾ ਸਵਾਗਤ ਕੀਤਾ ਜਾਣਾ? ਹਾਂਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ? 3 ਸਾਲ। 3 ਸਾਲ ਹੋ ਗਏ ਨੇ। ਸੋ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਹਾਕੀਆਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀਆਂ ਨੇ ਕਿ ਪਿੰਡ ਦੇ ਵਿੱਚੋਂ ਇੱਕ ਵੀ ਪਲੇਅਰ ਹੋਵੇ, ਪਿੰਡ ਦੇ ਵਿੱਚੋਂ ਇੱਕ ਵੀ ਜਦੋਂ ਇੱਦਾਂ ਦਾ ਧੁਲੰਦਰ ਪੈਦਾ ਹੁੰਦਾ ਤਾਂ ਆਪ ਮੁਹਾਰੇ ਨੌਜਵਾਨ ਬੱਚੇ ਜਿਹੜੇ ਨੇ, ਛੋਟੇ ਬੱਚੇ ਜਿਹੜੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਬਲਬਲੇ ਉੱਠਦੇ ਨੇ ਕਿ ਅਸੀਂ ਵੀ ਉਹਨਾਂ ਵਾਂਗ ਜਿੱਥੇ ਦੇਸ਼ ਦਾ ਮਾਣ ਵਧਾਈਏ ਉੱਥੇ ਹੀ ਸਾਰੀਆਂ ਚੀਜ਼ਾਂ ਉਹ ਕੀਤੀਆਂ ਜਾਣ ਜਿਹਦੇ ਨਾਲ ਚੰਗੀ ਸੇਧ ਉਹਨਾਂ ਨੂੰ ਮਿਲ ਸਕੇ। ਸਰਦਾਰ ਸਾਹਿਬ, ਪਿੰਡ ਦੇ ਵਿੱਚ ਮਨਦੀਪ ਸਿੰਘ ਹੋਰਾਂ ਨੇ, ਮਨਪ੍ਰੀਤ ਸਿੰਘ ਹੋਰਾਂ ਦਾ ਸਵਾਗਤ ਕੀਤਾ ਜਾਣਾ ਹੈ, ਇਸ ਵਕਤ ਤਿਆਰੀਆਂ ਚੱਲ ਰਹੀਆਂ ਨੇ, ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ? ਸਭ ਤੋਂ ਬਹੁਤ ਵਧੀਆ ਇਹੀ ਗੱਲ ਹੈ ਵੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਤੇ ਬਹੁਤ ਵਧੀਆ ਹੋਣ ਵਾਲੇ ਖਿਡਾਰੀ ਹੈ ਜੀ, ਅਤੇ ਰੱਬ ਚੜ੍ਹਦੀ ਕਲਾ ਰੱਖੇ ਇਹਨਾਂ ਦੀ। ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਹਦੇ ਬਾਰੇ ਸਮਝਾਓ, ਕੀ ਕੀ ਤਿਆਰੀਆਂ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਣਾ? ਇਹ ਤਾਂ ਜੀ ਹੁਣ ਪਿੰਡ ਵੱਲੋਂ ਆਪਣੇ ਪਰਿਵਾਰ ਵੱਲੋਂ ਸਨਮਾਨਤਾ ਬੱਚਿਆਂ ਦਾ ਵੀ ਉਹ ਆਉਣਗੇ, ਬੜੀ ਖੁਸ਼ੀ ਦੀ ਗੱਲ ਹੈ ਜੀ। ਕਿੰਨੇ ਵਜੇ ਦਾ ਸਮਾਂ ਰੱਖਿਆ ਗਿਆ ਸੀ, ਹਾਲਾਂਕਿ ਮੀਂਹ ਦਾ ਕਰਕੇ ਜਿਹੜੀ ਬੂੰਦਾਬਾਂਦੀ ਹੋ ਰਹੀ ਹੈ, ਇਹਨੇ ਥੋੜ੍ਹਾ ਜਿਹਾ ਸਮੇਂ ਦੇ ਵਿੱਚ ਡਿਲੇਟ ਕੀਤਾ ਹੁਣ? ਹਾਂਜੀ, 1 ਵਜੇ ਤੱਕ, 1:30 ਵਜੇ ਤੱਕ ਕੰਮ ਆ ਜਾਣਗੇ, ਪਹੁੰਚ ਜਾਣਗੇ ਜੀ ਬੰਦੇ। ਹਾਂਜੀ, ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਬ੍ਰੌਂਜ਼ ਮੈਡਲ ਜਿੱਤ ਕੇ ਭਾਰਤੀ ਹਾਕੀ ਟੀਮ ਆਈ ਹੈ? ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੈ ਪਿੰਡ ਵਾਸੀਆਂ ਨੂੰ ਔਰ ਨਗਰ ਨੂੰ, ਜਲੰਧਰ ਨੂੰ, ਔਰ ਦੋਨੇ ਅੱਛਿਆਂ ਨੇ ਚੰਗੀ ਪਰਫੋਰਮੈਂਸ ਦਿੱਤੀ ਸਾਡੇ ਮੁੰਡਿਆਂ ਨੇ ਗੋਲਡਨ। ਮੈਂ ਵੇਖ ਰਿਹਾ ਸੀ ਇੱਥੇ ਬੱਚੇ ਸੀ, ਸਾਨੂੰ ਮਿਲੇ, ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ, ਹਾਲਾਂਕਿ ਸੰਗ ਦੇ ਸੰਗਾਉਂਦੇ ਸੀ ਉਹ ਹੱਥਾਂ ਦੇ ਵਿੱਚ ਉਹਨਾਂ ਦੇ ਹਾਕੀਆਂ ਨੇ। ਤੁਹਾਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਇਹਨਾਂ ਪਲੇਅਰਾਂ ਨੂੰ ਦੇਖ ਕੇ, ਇਹਨਾਂ ਧੁਲੰਦਰਾਂ ਨੂੰ ਦੇਖ ਕੇ, ਉਹਨਾਂ ਦੇ ਮਨ ਦੇ ਵਿੱਚ ਬਲਬਲ ਹੈ ਕਿ ਅਸੀਂ ਵੀ ਕੁਝ ਵੱਡਾ ਕਰੀਏ? ਨਹੀਂ, ਮੋਟੀਵੇਟ ਬਹੁਤ ਇਹਨਾਂ ਮੁੰਡਿਆਂ ਤੋਂ ਹੋਣੇ ਆ, ਅੱਛੇ ਸਾਡੇ ਪਲੇਅਰ ਆਉਣਗੇ ਆਉਣ ਵਾਲੇ ਸਮੇਂ ਵਿੱਚ ਵੀ, ਅੱਛੀ ਅਕੈਡਮੀ ਚੱਲਦੀ ਆ, ਐਸਟ੍ਰੋਟਰਫ ਅੱਛੀ ਆ, ਸਟੇਡੀਅਮ ਤੁਸੀਂ ਜਾ ਕੇ ਦੇਖਿਓ ਅਤੇ ਰਿਕਾਰਡਿੰਗ ਕਰੋ, ਇੱਥੇ ਗੁੱਡ ਤਿਆਰੀ ਆ ਸਾਡੀ। ਤੁਸੀਂ ਮੈਚ ਵੇਖੇ, ਸਾਰੇ ਮੈਚ ਵੇਖੇ ਨੇ ਭਾਰਤੀ ਹਾਕੀ? ਮੈਂ ਖੁਦ ਹਾਕੀ ਪਲੇਅਰ ਹਾਂ, ਮੇਰੇ ਆਪਣੇ ਬੱਚੇ ਆ। ਤੁਸੀਂ ਤਾਂ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਹੋਵੋਗੇ, ਗੰਭੀਰ ਤਰੀਕੇ ਦੇ ਨਾਲ ਜਾਣਦੇ ਹੋਵੋਗੇ, ਇਹ ਜਿਹੜੇ ਫਸਵੇਂ ਮੁਕਾਬਲੇ ਹੋਏ ਨੇ ਇਸ ਦੇ ਬਾਰੇ ਕੀ ਕਹਿਣਾ ਹੈ, ਕਿਸ ਤਰੀਕੇ ਦੀ ਜੱਦੋਜਹਿਦ ਨੂੰ ਵੇਖਦੇ ਹੋ, ਭਾਰਤੀ ਓਲੰਪਿਕ ਟੀਮ ਦੀ ਤਿਆਰੀ ਨੂੰ ਕਿਵੇਂ ਵੇਖਦੇ ਹੋ? ਤਿਆਰੀ ਇਸ ਸਾਲ ਬਹੁਤ ਵਧੀਆ ਕਰਾਈ, ਇਹਨਾਂ ਨੇ ਜ਼ਬਰਦਸਤ ਤਿਆਰੀ ਕਰਾਈ, ਉਹਦਾ ਰਿਜ਼ਲਟ ਆਪਾਂ ਨੂੰ ਮਿਲਿਆ, ਕੋਈ ਕਸਰ ਨਹੀਂ ਛੱਡੀ ਇੰਡੀਅਨ ਗਵਰਨਮੈਂਟ ਨੇ ਵੀ, ਪੰਜਾਬ ਗਵਰਨਮੈਂਟ, ਬਹੁਤ ਅੱਛੇ ਰਹੇ ਜੀ। ਅਤੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਦਰਸ਼ਕ ਤੁਹਾਨੂੰ ਲੱਖਾਂ ਦੇਖ ਰਹੇ ਹੋਣਗੇ, ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ, ਮਨ ਦੇ ਵਿੱਚ ਕੀ ਬਲਬਲ ਹੈ ਕਿ ਤੁਹਾਡੇ ਪਿੰਡ ਦੇ ਐਡੇ ਵੱਡੇ ਪਲੇਅਰ ਜਿਹੜੇ ਨੇ, ਓਲੰਪੀਅਨ ਪਲੇਅਰ ਜਿਹੜੇ ਨੇ ਉਹ ਆ ਰਹੇ ਨੇ, ਉਹਨਾਂ ਦੇ ਸਵਾਗਤ ਦੇ ਲਈ ਪ੍ਰੋਗਰਾਮ ਰੱਖਿਆ ਗਿਆ? ਬਹੁਤ ਵੱਡਾ ਸਵਾਗਤ ਹੈ, ਪਿੰਡ ਵਾਸੀਆਂ ਨੂੰ ਬਹੁਤ ਖੁਸ਼ੀ ਆ ਅਤੇ ਉਹਦੇ ਵਿੱਚ ਹੀ ਸਾਰਾ ਸਾਡਾ ਸੈਲੀਬ੍ਰੇਟ ਕਰਾਂਗੇ ਜੀ। ਮੈਂ ਤਸਵੀਰਾਂ ਇਹ ਵੀ ਦਿਖਾ ਦੇਣਾ ਚਾਹੁੰਦਾ ਕਿ ਜਿੰਨਾ ਕੁ ਵੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸੂਰਤ ਹਾਲ ਵੇਖ ਸਕਦੇ ਹੋ, ਇਹ ਤਿਆਰੀਆਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕੀਤੀਆਂ ਗਈਆਂ ਨੇ, ਬਕਾਇਦਾ ਪਿੰਡ ਵਾਸੀਆਂ ਦੇ ਵੱਲੋਂ ਬੜਾ ਖਾਸ ਪ੍ਰਬੰਧਨ ਜਿਹੜਾ ਉਹ ਕੀਤਾ ਗਿਆ ਅਤੇ ਪ੍ਰਬੰਧਨ ਕਰਨਾ ਬਣਦਾ ਵੀ ਹੈ, ਕਿਉਂਕਿ ਦੇਸ਼ ਨੂੰ ਜਿੱਥੇ ਵੱਡਾ ਮਾਣ ਹਾਸਲ ਹੋਇਆ ਬ੍ਰੌਂਜ਼ ਮੈਡਲ ਜਿੱਤ ਕੇ, ਭਾਰਤੀ ਹਾਕੀ ਟੀਮ ਜਿਹੜੀ ਹੈ ਉਹ ਪਿੰਡ ਪਹੁੰਚ ਰਹੀ ਹੈ। ਮਿੱਠਾਪੁਰ ਦੇ ਵਿੱਚੋਂ ਜਿਹੜੇ ਦੋ ਪਲੇਅਰ ਸੀ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ, ਉਹਨਾਂ ਦੇ ਸਵਾਗਤ ਦੇ ਲਈ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ। ਇਹ ਸਾਰੀਆਂ ਤਿਆਰੀਆਂ ਦੇ ਵਿੱਚੋਂ
ਇੱਕ ਚੀਜ਼ ਤਾਂ ਜ਼ਰੂਰ ਦਿਖਾਈ ਦਿੰਦੀ ਹੈ ਕਿ ਪਿੰਡ ਵਾਸੀਆਂ ਨੂੰ ਬਹੁਤ ਉਚੇਚੇ ਪੱਧਰ ਦੇ ਉੱਪਰ ਚਾਅ ਹੈ ਅਤੇ ਇਸ ਚਾਅ ਨੂੰ ਉਹਨਾਂ ਦੇ ਵੱਲੋਂ ਬਿਆਨ ਕਰਨ ਦਾ ਇਹ ਢੰਗ ਤਰੀਕਾ ਲੱਭਿਆ ਗਿਆ, ਜਿਸ ਦੇ ਵਿੱਚ ਇਹ ਇਸ ਵਕਤ ਦੀ ਤਸਵੀਰ ਦੇ ਵਿੱਚ ਤੁਹਾਨੂੰ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੋਵੇਗਾ। ਕੁਝ ਹੀ ਸਮੇਂ ਦੇ ਵਿੱਚ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਥੇ ਪਹੁੰਚਿਆ ਜਾਣਾ ਹੈ ਅਤੇ ਇੱਥੇ ਪਹੁੰਚ ਕੇ ਪਿੰਡ ਵਾਸੀਆਂ ਦੇ ਵੱਲੋਂ ਕਿਸ ਤਰੀਕੇ ਦਾ ਭਰਵਾਂ ਗੱਜਵਾਂ ਰੱਜਵਾਂ ਸਵਾਗਤ ਉਹਨਾਂ ਦਾ ਕੀਤਾ ਜਾਵੇਗਾ, ਉਸ ਦੀਆਂ ਵੀ ਲਾਈਵ ਅਤੇ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇਸ ਵਕਤ ਮਿੱਠਾਪੁਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ, ਮਿੱਠਾਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪ੍ਰਬੰਧਨ ਸਾਰਾ ਕੀਤਾ ਗਿਆ, ਸਵਾਗਤੀ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ, ਉਸ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ। ਕੀ ਕੁਝ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਅਤੇ ਟਿੱਪਣੀ ਜ਼ਰੂਰ ਕਰਨਾ। ਆਉਣ ਵਾਲੇ ਸਮੇਂ ਦੀ ਵੀ ਪਲ ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀ ਕਰਦੇ ਰਹਾਂਗੇ। ਬਹਰਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ, ਮਿੱਠਾਪੁਰ, ਜਲੰਧਰ।